ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਵਿੱਚ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਿੱਖ ਇਤਿਹਾਸ ਵਿੱਚ ਕੜਾਹ ਪ੍ਰਸ਼ਾਦ ਦੀ ਕੀ ਮਹਿਮਾ ਹੈ। ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋ ਸਿੱਖ ਭਾਈ ਅਨੰਤਾ ਜੀ ਤੇ ਭਾਈ ਕੁੱਕੋ ਜੀ ਨੇ ਗੁਰੂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਨੇ ਕੜਾਹ ਪ੍ਰਸ਼ਾਦ ਨੂੰ ਹੀ ਕਿਉਂ ਪ੍ਰਵਾਨਿਆ ਹੈ, ਜਦਕਿ ਹੋਰ ਬੜੀਆਂ ਮਠਿਆਈਆਂ ਹਨ, ਕਿੰਨੇ ਤਰ੍ਹਾਂ ਦਾ ਮਿੱਠਾ ਹੈ, ਪਰ ਗੁਰੂ ਘਰ ਚ ਕੜਾਹ ਪ੍ਰਸ਼ਾਦ ਦੀ ਹੀ ਮਹਾਨਤਾ ਕਿਉਂ ਹੈ। ਮੇਰੀ ਪੀਰੀ ਦੇ ਮਾਲਕ ਨੇ ਜਵਾਬ ਦਿੰਦਿਆਂ ਕਿਹਾ, ਜਿਵੇਂ ਕੜਾਹ ਪ੍ਰਸ਼ਾਦ ਚ ਸਭ ਕੁਛ ਛਕਣ ਵਾਲਾ ਹੈ, ਕੋਈ ਵੀ ਚੀਜ਼ ਸੁੱਟਣ ਵਾਲੀ ਜਾਂ ਛੱਡਣ ਵਾਲੀ ਨਹੀਂ ਹੈ, ਇਸੇ ਤਰ੍ਹਾਂ ਹੀ ਗੁਰੂ ਦੇ ਸ਼ਬਦ ਚ ਕੋਈ ਵੀ ਚੀਜ਼ ਛੱਡਣ ਵਾਲੀ ਨਹੀਂ ਹੈ। ਕਥਾ ਕੀਰਤਨ ਸੰਪੂਰਨ ਸੁਣਨ ਵਾਲਾ ਹੈ, ਫਿਰ ਹੋਰ ਸੁਣੋ। ਜੋ ਸਿੱਖ ਨੇਕ ਕਿਰਤ ਕਮਾਈ ਕਰਦਾ ਹੈ, ਗੁਰੂ ਉਸਨੂੰ ਪੂਰੀ ਤਰ੍ਹਾਂ ਥਾਏ ਪਾਉਂਦਾ ਹੈ, ਭੋਰਾ ਵੀ ਨਹੀਂ ਛੱਡਦਾ। ਅਕਾਲ ਪੁਰਖ ਦਾ ਨਾਂ ਹਰ ਸਮੇਂ ਯਾਦ ਕਰਨਾ ਕਦੇ ਵੀ ਛੱਡਣ ਵਾਲਾ ਨਹੀਂ। ਇਹੀ ਕਾਰਨ ਹੈ ਕਿ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਮਹਾਨਤਾ ਹੈ। ਇਹ ਦੋਵਾਂ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ 11 ਵਾਰ ਦੀ 29 ਪੌੜੀ ਦੇ ਵਿੱਚ ਵਾਰ ਵਿੱਚ ਵੀ ਦਰਜ ਕੀਤਾ ਹੈ। ਨੰਤਾ ਕੁੱਕੋ ਭਲੇ ਸੁਭ ਵਧਾਵਣ ਹਨ ਸਰਦਾਰਾ, ਕਲਗੀਧਰ ਪਿਤਾ ਜੀ ਨੇ ਤਾਂ ਬਚਨ ਵੀ ਕੀਤੇ ਹਨ, ਜੇਕਰ ਕਿਧਰੇ ਕੋਈ ਕੰਮ ਅੜ ਜਾਵੇ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ, ਗੁਰੂ ਕਿਰਪਾ ਕਰੇਗਾ। ਨਿੱਕੇ ਹੁੰਦਿਆਂ ਜਦੋਂ ਕਿਤੇ ਪ੍ਰਸ਼ਾਦ ਦਾ ਭੋਰਾ ਵੀ ਥੱਲੇ ਡਿੱਗ ਜਾਣਾ ਤਾਂ ਮਾਂ ਨੇ ਕਹਿਣਾ, ਚੁੱਕ ਲੈ, ਗੁਰੂ ਦਾ ਪ੍ਰਸ਼ਾਦ ਹੈ, ਸੁੱਟਣ ਵਾਲਾ ਨਹੀਂ। ਪਰ ਅੱਜ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਕਿਉਂ ਕਿਹਾ ਜਾਂਦਾ ਹੈ। ਸਾਖੀ ਪੜ੍ਹ ਕੇ ਹੀ ਸਮਝ ਆਈ ਵਾਕਿਆ ਕਿ ਗੁਰੂ ਦਾ ਦਿੱਤਾ ਹੋਇਆ ਕੁਝ ਵੀ ਸੁੱਟਣ ਵਾਲਾ ਨਹੀਂ ਹੈ।